ਸਤਿ ਸ਼੍ਰੀ ਅਕਾਲ ਜੀ, ਮੈਂ ਪ੍ਰਦੀਪ ਕਿਰਨਮਿਤੀ ਪਠਾਨਕੋਟ ਪ੍ਰਾਂਤ ਤੋਂ ਗੱਲ ਕਰ ਰਿਹਾ। ਸਾਡੇ ਨਾਲ ਗਗਨਦੀਪ ਕੌਰ ਜੀ ਨੇ, ਜਿਨ੍ਹਾਂ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਆਇਆ ਵਾ। ਓਵਰਆਲ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨਗੇ ਕਿ ਉਹਨਾਂ ਦਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਪਿਰਾਮਿਡੀ ਪਠਾਨਕੋਟ ਪ੍ਰਾਂਤ ਦੇ ਨਾਲ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਗਗਨਦੀਪ, ਮੈਂ ਪਠਾਨਕੋਟ ਤੋਂ ਹਾਂ ਅਤੇ ਇਟ ਵਾਸ ਦਾ ਬੈਸਟ ਐਕਸਪੀਰੀਅੰਸ ਹੈ। ਜਦੋਂ ਸਟਾਰਟਿੰਗ 'ਚ ਆਪਾਂ ਇੱਥੇ ਆਏ ਸੀਗੇ, ਜਦੋਂ ਪਹਿਲਾਂ ਆਪਾਂ ਕਿਸੇ ਹੋਰ ਏਜੰਟ ਕੋਲ ਗਏ ਸੀ, ਉਹਨਾਂ ਨੂੰ ਵੀ ਆਪਾਂ ਇੱਦਾਂ ਹੀ ਕੈਨੇਡਾ ਦੇ ਸਟੱਡੀ ਵੀਜ਼ਾ ਲੈ ਕੇ ਆਇਆ ਸੀ। ਅਤੇ ਇਟ ਵਾਜ਼ ਇਨ ਸੈਡ ਜਦੋਂ ਆਪਾਂ ਸ਼ੁਰੂ ਕੀਤੀ ਸੀ ਪ੍ਰੋਸੈਸ, ਕਿ ਉਹਨਾਂ ਨੂੰ ਆਪਾਂ ਕਿਹਾ ਕਿ ਆਪਾਂ ਕੋਲੇਜ ਅਪਲਾਈ ਕਰਨਾ ਆ, ਅਤੇ ਉਹਨਾਂ ਨੇ ਐਕਚੁਲੀ ਸਾਡੇ 6 ਮੰਥਸ ਵੀ ਨਹੀਂ, 8 ਮੰਥਸ ਆਲਮੋਸਟ ਵੇਟ ਕਰਵਾਏ ਸੀ। ਉਸ ਤੋਂ ਬਾਅਦ ਫਿਰ ਮੇਰੇ ਫਾਦਰ ਨੇ ਇਹਨਾਂ ਨਾਲ ਗੱਲ ਕੀਤੀ ਸੀ, ਉਸ ਤੋਂ ਬਾਅਦ ਇੱਥੇ ਗੱਲ ਹੋਈ, ਫਿਰ ਇੱਥੇ ਔਨ ਦ ਸਪੋਟ ਹੀ ਸਾਡਾ ਪ੍ਰੋਸੈਸ ਸਟਾਰਟ ਹੋ ਗਿਆ। ਜਿਸ ਦਿਨ ਗੱਲ ਹੋਈ ਉਸ ਦਿਨ ਹੀ ਸਾਡੀ ਆਫਰ ਲੈਟਰ ਅਪਲਾਈ ਹੋ ਗਈ ਸੀ ਕੋਲੇਜ ਦੀ, ਅਤੇ ਵਿਦ ਇਨ 15 to 20 days ਸਾਡੀ ਆਫਰ ਲੈਟਰ ਵੀ ਆ ਗਈ ਸੀ। ਸਾਡਾ ਇੰਨਾ ਟਾਈਮ ਜਿਹੜਾ ਸੀ ਉਹ ਵੇਸਟ ਹੋਇਆ ਸੀ, ਉਹ ਬਚ ਗਿਆ। ਬਹੁਤ ਜਲਦੀ ਸਾਰਾ ਪ੍ਰੋਸੈਸ ਜਲਦੀ ਜਲਦੀ ਹੋਇਆ, ਵੀਜ਼ੇ ਨੂੰ ਵੀ ਥੋੜ੍ਹਾ ਹੀ ਟਾਈਮ ਲੱਗਿਆ ਸੀ, ਵਿਦ ਇਨ 2 months 20 days ਸਾਡਾ ਵੀਜ਼ਾ ਆ ਗਿਆ। ਐਂਡ ਆਪੋ ਜਿੰਨਾ ਸਾਡਾ ਟਾਈਮ ਵੇਸਟ ਹੋਇਆ ਸੀ ਸਾਰਾ ਬਚ ਗਿਆ। ਐਂਡ ਫਾਈਨਲੀ ਮਾਈ ਵੀਜ਼ਾ ਇਜ਼ ਹੇਅਰ ਐਂਡ ਵੀ ਆਰ ਹੈਪੀ ਵਿਦ ਦ ਕੰਸਲਟੇਸ਼ਨ ਹੇਅਰ।